ਨਹੀਂ ਪਿਆ ਜੀ ਸਾਰੇ ਆਪਾਂ ਇੱਥੇ ਇਕੱਠੇ ਹੋ ਜੀ ਦੇਖੋ ਜੀ ਜੱਜਿਸ ਨੇ ਆਪੋ ਆਪਦੇ ਨੰਬਰ ਲਾਏ ਨੇ ਕਿਹੜੇ ਬੱਚੇ ਨੇ ਉਹਨਾਂ ਨੇ ਕਿੰਨੇ ਨੰਬਰ ਦਿੱਤੇ ਨੇ ਹੁਣ ਤਿੰਨਾਂ ਜੱਜਿਸ ਦੇ ਹਰੇਕ ਬੱਚੇ ਦੇ ਨੰਬਰ ਜੋੜੇ ਜਾਣਗੇ ਅਤੇ ਉਹਦੇ ਵਿੱਚੋਂ ਫਿਰ ਜਿਹਦੇ ਸਭ ਤੋਂ ਹਾਈਐਸਟ ਮਾਰਕ ਹੋਣਗੇ ਉਹਨੂੰ ਤੁਸੀਂ ਦੇਵੋਗੇ ਜੀ ਠੀਕ ਹੈ ਜੀ ਠੀਕ ਹੈ ਜੀ ਮੈਂ ਮਾਈਕ ਦਿੰਦੀ ਹਾਂ ਜੀ ਸੁੰਦਰ ਭੈਣ ਜੀ ਹਾਂਜੀ ਸੁਰਿੰਦਰ ਔਜਲਾ ਭੈਣ ਤਿੰਨੇ ਜੱਜਿਸ ਨੂੰ ਆ ਕੇ ਆ ਜਾਓ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਕਿਉਂਕਿ ਬਹੁਤ ਵੱਡੀ ਇਹ ਜੋਬ ਹੁੰਦੀ ਆ ਜਗਦੀਸ਼ ਭੈਣ ਜੀ ਅਤੇ ਬਖਸ਼ ਭੈਣ ਜੀ ਤੁਸੀਂ ਸੁਰਿੰਦਰ ਭੈਣ ਜੀ ਨਾਲ ਉੱਧਰ ਸਾਈਡ 'ਤੇ ਸਟੇਜ 'ਤੇ ਚਲੇ ਜਾਓ ਜੀ ਦਰਅਸਲ ਨਾ ਸੁਰਿੰਦਰ ਭੈਣ ਜੀ ਵੀ ਡਰਦੇ ਆ ਉਹ ਕਹਿੰਦੇ ਇੱਥੇ ਹੀ ਫੈਸਲਾ ਕਰਨਾ ਪਿੱਛੇ ਜਾ ਕੇ ਨਹੀਂ ਸਟੇਜ ਦੇ ਕੇ ਕਰਨਾ ਕਹਿੰਦੇ ਇੱਥੇ ਹੀ ਕਰਕੇ ਜਾਣਾ ਜਿਹੜਾ ਕਰਨਾ ਹਾਂਜੀ ਬੱਚੇ ਰੈਡੀ ਹੋ ਤੁਸੀਂ ਰੈਡੀ ਨੇ ਯੈਸ ਓਕੇ ਹਾਂਜੀ ਮੇਰੇ ਕੋਲ ਮਹਿਤਾਬ ਔਲਖ ਉਹਨਾਂ ਦੇ 13 ਨੰਬਰ ਮਹਿਤਾਬ ਔਲਖ ਬੱਚਿਆਂ ਨੂੰ ਵੀ ਔਰ ਪੇਰੈਂਟਸ ਨੂੰ ਵੀ ਜਿਹੜੀ ਜਿਹੜੀ ਅਸੀਂ ਇਕੱਲੀ ਇਕੱਲੀ ਚੀਜ਼ ਮੈਂ ਨੋਟ ਕੀਤੀ ਹੈ ਕਿਹਨੇ ਕੀ ਪਾਇਆ ਕਿਹਨੇ ਕਿੱਦਾਂ ਸਮਾਈਲ ਕੀਤੀ ਆ ਕੀ ਉਹਦਾ ਪੋਜ਼ ਹੈ ਕਿਹੜੀ ਕਿਹੜੀ ਚੀਜ਼ ਉਹਨਾਂ ਨੇ ਜਿਵੇਂ ਬੋਲੀ ਪਾਉਣ ਲੱਗੇ ਕਿੰਨਾ ਕੌਨਫੀਡੈਂਸ ਨਾਲ ਉਹਨਾਂ ਨੇ ਬੋਲੀ ਪਾਈ ਹੈ ਉਹ ਸਾਰਾ ਕੁਛ ਅਕਾਊਂਟ ਕਰਕੇ ਮੈਂ ਇਕੱਲੀ ਇਕੱਲੀ ਚੀਜ਼ ਦੇ ਨੰਬਰ ਲਾਏ ਨੇ ਔਰ ਮੇਰਾ ਸਾਰਾ ਉਹਨਾਂ ਦਾ ਟੋਟਲ ਜਿਹੜਾ ਹੈ ਉਹਦੇ ਵਿੱਚੋਂ ਮਹਿਤਾਬ ਔਲਖ ਸਭ ਤੋਂ ਫਸਟ ਆ ਰਹੀ ਹੈ ਥੈਂਕ ਯੂ ਜੀ ਹਾਂਜੀ ਮੈਂ ਤਾਂ ਇਹ ਸੋਚਦੀ ਵੀ ਕੁੜੀਆਂ ਬਹੁਤ ਪਿਆਰੀਆਂ ਸਾਰੇ 19-21 ਦੇ ਫਰਕ ਨਾਲ ਇਹਨਾਂ ਦਾ ਫਰਕ ਆ ਕਿਸੇ ਦੀ ਡਰੈਸ ਜ਼ਿਆਦਾ ਵਧੀਆ ਆ ਕਿਸੇ ਦਾ ਜਿਵੇਂ ਇਹਨਾਂ ਦਾ ਫੇਸ ਆਪਰੇਸ਼ਨ ਜਾਂ ਜੇ ਉਹ ਦੇਖਿਆ ਜਾਵੇ ਤਾਂ ਬਹੁਤ ਵਧੀਆ ਸੀ ਪਰ ਮੈਂ ਨੰਬਰ 1 ਹੈਗੀ ਆ ਨੰਬਰ ਮੇਰੇ ਕੋਲ ਨੰਬਰ 1 ਜਿਹੜੀ ਸੀ ਔਲਖ ਲਾਸਟ ਨੇਮ ਔਲਖ ਹੈ ਠੀਕ ਹੈ ਜੀ ਹੁਣ ਮੈਂ ਜੱਜਿਸ ਨੂੰ ਬੇਨਤੀ ਕਰਦੀ ਹਾਂ ਤੁਸੀਂ ਪਲੀਜ਼ ਸਟੇਜ 'ਤੇ ਆ ਜਾਓ ਜੀ ਸਾਰੇ ਜਣੇ ਬਖਸ਼ ਹਾਂਜੀ ਹਾਂਜੀ ਉਹ ਕਹਿੰਦੇ ਬਾਕੀਆਂ ਦੇ ਨਾਮ ਵੀ ਦੱਸਦੇ ਆ ਜੀ ਨੰਬਰ ਸੋਰੀ ਹਾਂਜੀ ਮੇਰੇ ਕੋਲ ਮਹਿਤਾਬ ਔਲਖ ਹੀ ਪਹਿਲੇ ਨੰਬਰ 'ਤੇ ਨੇ ਲਾਈਕ ਮੈਂ ਆਪਣੇ ਹਿਸਾਬ ਨਾਲ ਜਿਵੇਂ ਇਹਨਾਂ ਨੂੰ ਨੰਬਰ ਦਿੱਤੇ 15 ਚੋਂ ਲਾਈਕ ਉਹਨਾਂ ਨੇ ਮੈਂ ਉਹਨਾਂ ਨੂੰ 13 ਨੰਬਰ ਦਿੱਤੇ ਨੇ ਅਤੇ ਸੈਕਿੰਡ ਨੰਬਰ 'ਤੇ ਹੈਗੇ ਨੇ ਦਿਲਪ੍ਰੀਤ ਪਾਬਰਾ
ਇਹਨਾਂ ਨੂੰ ਮੈਂ 11 ਨੰਬਰ ਦਿੱਤੇ ਨੇ ਅਤੇ ਤੀਜੇ ਨੰਬਰ 'ਤੇ ਹਰਸੀਰਤ ਖਤਰਾ ਇਹਨਾਂ ਨੂੰ ਮੈਂ ਨੰਬਰ ਲਾਈਕ 9 ਨੰਬਰ ਦਿੱਤੇ ਨੇ ਅਤੇ ਚੌਥੇ ਨੰਬਰ 'ਤੇ ਹਰਰੂਪ ਚੀਮਾ ਓਕੇ ਕਿ ਹੁਣ ਤੁਸੀਂ ਕਹਿ ਨਹੀਂ ਸਕਦੇ ਕਿਉਂਕਿ ਅਸੀਂ ਸਾਰਿਆਂ ਦੇ ਸਾਹਮਣੇ ਬੈਠ ਕੇ ਅਲੱਗ ਅਲੱਗ ਸਾਡੇ ਕੋਲ ਚਿਹਰਾ ਸੀ ਅਤੇ ਜਿਹੜਾ ਮੇਰਾ ਅਤੇ ਭੈਣ ਜੀ ਦਾ ਫੈਸਲਾ ਜਿਹੜਾ ਉਹ ਸੇਮ ਹੀ ਆ ਰਿਹਾ ਹੈ ਮੇਰੇ ਸੈਕਿੰਡ ਨੰਬਰ 'ਤੇ ਆਈ ਸੀ ਦਲਦੀਪ ਪਾਬਲਾ ਅਤੇ ਥਰਡ 'ਤੇ ਹਸਰਤਪ੍ਰੀਤ ਖਟਰਾ ਅਤੇ ਚੌਥੇ 'ਤੇ ਹਰਰੂਪ ਬੱਚੇ ਤੁਸੀਂ ਸਾਰੇ ਹੀ ਬਹੁਤ ਸੋਹਣੇ ਲੱਗਦੇ ਪਏ ਆ ਪਰ ਸਿਰਫ ਥੋੜ੍ਹਾ ਥੋੜ੍ਹਾ ਹੀ ਮੇਰੇ ਵੀ ਨੰਬਰਾਂ ਦੇ ਵਿੱਚ ਸੀਗਾ ਕਿਉਂਕਿ ਮੈਂ 100 ਵਿੱਚੋਂ ਦਿੱਤੇ ਆ ਔਰ ਮੈਂ ਉਹ ਵੀ ਅਨਾਊਂਸ ਕਰ ਦਿੰਦੀ ਹਾਂ ਮੈਂ 100 'ਚੋਂ ਮਹਿਤਾਬ ਔਲਕ ਨੂੰ ਦਿੱਤਾ 65 ਦਲਦੀਪ ਪਾਬਲਾ ਨੂੰ 61 ਔਰ ਹਸਰਤਪ੍ਰੀਤ ਖਟਰਾ 53 ਅਤੇ ਹਰਰੂਪ 41 ਹੈਲੋ ਹਾਂ ਮੈਂ ਸੈਕਿੰਡ ਨੰਬਰ 'ਤੇ ਹੈਗੀ ਆ ਦਲਦੀਪ ਐਂਡ ਥਰਡ ਨੰਬਰ 'ਤੇ ਹੈਗੀ ਆ ਹਰਨੂਪ ਕੌਰ ਚੀਮਾ ਹਾਂਜੀ ਅਤੇ ਫੋਰਥ 'ਤੇ ਹੈਗੀ ਆ ਦਾ ਅਦਰ ਬਹੁਤ ਬਹੁਤ ਧੰਨਵਾਦ ਜੀ ਜਿਹੜੇ ਤਿੰਨੇ ਜੱਜਿਸ ਦੇ ਆਏ ਨੇ ਜੀ ਮਹਿਤਾਬ ਔਲਖ ਨੰਬਰ 1 'ਤੇ ਜੀ ਕੰਗਰੈਚੁਲੇਸ਼ਨ ਵੀਰੋ ਦਲਦੀਪ ਪਾਵਲਾ ਨੰਬਰ 2 ਦੇ ਪੁੱਤ ਮੂਹਰੇ ਆ ਜਾਓ ਜਿਹੜੇ ਹੁਣ ਨੰਬਰ 3 ਅਤੇ 4th ਆ ਜੀ ਉਹ ਦੋਨੇ ਬੱਚੇ ਹੀ ਨੇ ਦੋਨੇ ਬੱਚੇ ਨੇ ਆ ਜਾਓ ਬੱਚੇ ਤੁਸੀਂ ਦੋਨੇ ਜਾਣੇ 3rd 'ਤੇ ਹੋ ਜੀ ਪਹਿਲੀ ਗੱਲ ਤਾਂ ਜੀ ਬਹੁਤ ਬਹੁਤ ਧੰਨਵਾਦ ਜਿਹੜੇ ਸਟੇਜ 'ਤੇ ਆਵੋ ਮੈਂ ਭੈਣ ਹੁਣਾਂ ਨੂੰ ਬੇਨਤੀ ਕਰਦੀ ਹਾਂ ਜੀ ਆਓ ਸਾਰੇ ਜਾਣੇ ਬੱਚਿਆਂ ਨੂੰ ਉਹਨਾਂ ਦੇ ਇਨਾਮ ਦਿੱਤੇ ਜਾਣ ਦੇਖੋ ਬੱਚੇ ਇਨਾਮ ਤਾਂ ਫਸਟ ਸੈਕਿੰਡ ਦੀ ਕੋਈ ਗੱਲ ਨਹੀਂ ਹੈ ਨਾ ਇਨਾਮ ਤਾਂ ਇਨਾਮ ਆ ਜਿਵੇਂ ਸਾਡੇ ਵੇਲੇ ਤਾਂ ਅਸੀਂ ਕਹਿੰਦੇ ਸੀ ਭਾਵੇਂ ਕੋਈ ਥੱਪੜ ਮਾਰ ਦੇਵੇ ਇਨਾਮ ਤਾਂ ਉਹ ਵੀ ਬਹੁਤ ਵੱਡੀ ਚੀਜ਼ ਆ ਜੀ ਇਹਨਾਂ ਬੱਚਿਆਂ ਨੇ ਇੱਥੋਂ ਦੇ ਬੱਚਿਆਂ ਨੇ ਆਪਦੇ ਬਲਬੂਤੇ 'ਤੇ ਤੁਹਾਡੇ ਸਾਹਮਣੇ ਆਪਦੀ ਪਰਫੋਰਮੈਂਸ ਕਰਕੇ ਇਨਾਮ ਜਿੱਤਿਆ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਇਹੀ ਉਹ ਬੱਚੀਆਂ ਨੇ ਜਿਹੜੀਆਂ ਟੋਰਾਂਟੋ ਜਿੱਤ ਕੇ ਆਈਆਂ ਇਹੀ ਉਹ ਬੱਚੀਆਂ ਨੇ ਤੁਹਾਡਾ ਟੋਰਾਂਟੋ ਦੇ ਵਿੱਚ ਨਾਮ ਰੋਸ਼ਨ ਕਰਕੇ ਆਈਆਂ ਭੰਗੜਾ ਪਾ ਕੇ ਆਈਆਂ ਮਹਿਤਾਬ ਦਿਲਪ੍ਰੀਤ ਦਲਦੀਪ ਤੂੰ ਨਾਂ ਹੀ ਬਹੁਤ ਪੁੱਠਾ ਰੱਖਿਆ ਆ ਹਰਨੂਰ ਹੈ ਨਾ ਹਰਰੂਪ ਇਹ ਤਿੰਨੇ ਬੱਚੀਆਂ ਟੋਰਾਂਟੋ ਆਪਣੀ ਕੰਪੀਟੀਸ਼ਨ ਲੈ ਗਿਆ ਸੀ ਮਨਜੀਤ ਉਹਨਾਂ ਵਿੱਚੋਂ ਫਸਟ ਆਈਆਂ ਨੇ ਕਿਆ ਬਾਤ ਆ ਜੀ ਫਿਰ ਆਪਣੇ ਇੱਥੇ ਟਾਊਨ ਦੇ ਵਿੱਚ ਹੀ ਸਿੱਖ ਫੈਡਰੇਸ਼ਨ ਵਾਲਿਆਂ ਨੇ ਭੰਗੜਾ ਕੰਪੀਟੀਸ਼ਨ ਕਰਾਇਆ ਸੀ ਉਹਨਾਂ ਵਿੱਚੋਂ ਇਹਨਾਂ ਦੀ ਟੀਮ ਫਸਟ ਆਈ ਆ ਅਤੇ ਉਹਦੇ ਉੱਪਰ ਜਿਵੇਂ ਕਹਿੰਦੇ ਇੱਕ ਹੋਰ ਪਲੱਸ ਪੁਆਇੰਟ ਮਿਲਿਆ ਸੀ ਮਹਿਤਾਬ ਨੂੰ ਬੈਸਟ ਡਾਂਸਰ ਦਾ ਅਵਾਰਡ ਮਿਲਿਆ ਸੀ ਭੈਣ ਜੀ ਰਹਿ ਜੀ ਕਹਿੰਦੇ ਕੁਲਦੀਪ ਗੱਲਾਂ ਮਾਰਨ ਲੱਗ ਜਾਂਦੀ ਆ ਲਓ ਜੀ ਇੱਕ ਹੋਰ ਸੋਨੇ ਪੇ ਸੁਹਾਗਾ ਹੋ ਗਿਆ ਮਹਿਤਾਬ ਪਾਰਟੀ ਹੋ ਗਈ ਮੈਂ ਕਿਹਾ ਪਾਰਟੀ ਹੋ ਗਈ ਉਹਨੂੰ ਨਹੀਂ ਪਤਾ ਅੱਛਾ ਜੀ ਇੱਕ ਇਹਦੇ ਵਿੱਚ ਸੱਚ ਹੋਰ ਪਲੱਸ ਪੁਆਇੰਟ ਆਪਣੇ 'ਚ ਐਡ ਹੋਇਆ ਜਿਹੜੀ ਪਿਛਲੇ ਸਾਲ ਮਿਸ ਪੰਜਾਬਣ ਕੁੜੀ ਬਣੀ ਸੀਗੀ ਹਰਮਨਪ੍ਰੀਤ ਸੰਧੂ ਉਹਨੇ ਨਾ ਹੋਣ ਵਾਲੀ ਮਿਸ ਪੰਜਾਬਣ ਨੂੰ ਫੁਲਕਾਰੀ ਦੇਣੀ ਆ ਜੀ ਵਾਹ 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 ਕਿਆ ਬਾਤ ਆ ਜੀ ਉਹ ਸਿੱਧੀ ਕਰਨ ਹਾਂਜੀ ਆਪਣੇ ਜੱਜਿਸ ਵੱਲੋਂ ਸੁਰਿੰਦਰ ਭੈਣ ਜੀ ਫਸਟ ਪ੍ਰਾਈਜ਼ ਦੇਵੋ ਜੀ ਜਗੀਤ ਆ ਤਾਂ ਪਾਸੇ ਰੱਖ ਇਹਨਾਂ ਨੂੰ ਹਾਈ ਗਲੋ ਜੂਲਰਸ ਵਾਲਿਆਂ ਵੱਲੋਂ ਇੱਕ ਬਹੁਤ ਸੋਹਣਾ ਪੀਚ ਕਲਰ ਦਾ ਲਾਈਟ ਜਿਹਾ ਸੈੱਟ ਦਿੱਤਾ ਜਾ ਰਿਹਾ ਅਤੇ ਉਹਦੇ ਨਾਲ ਹੀ ਇੱਕ ਬ੍ਰੈਸਲੈਟ ਆ ਭੈਣ ਜੀ ਆ ਜਾਓ ਜੀ ਜਗਦੀਸ਼ ਭੈਣ ਜੀ
ਅਮਰਤ ਭੈਣ ਬਹੁਤ ਬਹੁਤ ਧੰਨਵਾਦ ਜੀ। ਮਹਿਤਾਬ ਨੂੰ ਤਾਂ ਕੰਗਰੈਜੂਲੇਸ਼ਨ ਹੈਗੀ ਆ, ਮੈਂ ਉਦੋਂ ਵੱਧ ਪੂਨਾ ਭੈਣ ਜੀ ਨੂੰ ਦਿੰਦੀ ਹਾਂ ਜਿਨ੍ਹਾਂ ਦੀ ਬਹੁਤ ਮਿਹਨਤ ਸਦਕਾ ਉਹਨਾਂ ਦੇ ਨਾਂ 'ਤੇ, ਮਾਪਿਆਂ ਦੇ ਨਾਂ 'ਤੇ ਬਹੁਤ ਤਾੜੀਆਂ ਹੁੰਦੀਆਂ ਜੀ। ਮਾਵਾਂ ਦਾ ਸੁਪਨਾ ਹੁੰਦਾ ਹੈ ਨਾ ਬੱਚੀਆਂ ਨੂੰ, ਹੱਥਾਂ ਨੇ ਬਹੁਤ ਪਲਾਂਘਾਂ ਪੜਨੀਆਂ ਨੇ। ਹਾਂਜੀ, ਸੈਕਿੰਡ ਪ੍ਰਾਈਜ਼ ਮੈਡਮ ਪਾਬਲਾ ਜੀ, ਇਹ ਵੀ ਹਾਈ ਗਲੋ ਜੂਨੀਅਰਸ ਵਾਲਿਆਂ ਵੱਲੋਂ ਇੱਕ ਬਹੁਤ ਵਧੀਆ ਸੈੱਟ ਹੈ ਜੀ। ਹਾਂਜੀ, ਜਿਹੜਾ ਥਰਡ ਪ੍ਰਾਈਜ਼ ਹੈ ਜੀ, ਦੋ ਬੱਚੇ ਨੇ ਜੀ। ਹਾਂਜੀ, ਦੋਨਾਂ ਬੱਚਿਆਂ ਨੂੰ ਹੀ ਥਰਡ ਪ੍ਰਾਈਜ਼ ਦਿੱਤੇ ਜਾ ਰਹੇ ਨੇ ਜੀ, ਇੱਕ ਟੋਪਿਸ ਆ ਇੱਕ ਨਾਲ ਸੈੱਟ ਆ ਜੀ। ਬੱਚੇ ਬਹੁਤ ਬਹੁਤ ਧੰਨਵਾਦ ਤੁਹਾਡਾ। ਬਹੁਤ ਬਹੁਤ ਧੰਨਵਾਦ ਜੀ। ਬੱਚੇ ਬਹੁਤ ਬਹੁਤ ਵਧਾਈਆਂ ਤੁਹਾਨੂੰ, ਜਿੱਧਰ ਮਰਜ਼ੀ ਜਾਓ। ਹਾਂਜੀ, ਇਸ ਤੋਂ ਮਗਰੋਂ ਹੁਣ ਮਨਜੀਤ ਆਪਣਾ, ਹਾਏ ਵਿਚਾਰੇ, ਮੈਨੂੰ ਲੱਗਦਾ ਪੱਗਾਂ ਬੰਨ ਕੇ ਵੀ, ਕਿਉਂਕਿ ਪੱਗ ਕਿਹੜੇ ਸੌਖੀ ਆ ਜੀ ਬੰਨਣੀ, ਮਾਵੇ ਵਾਲੀ ਪੱਗ ਆ, ਬਹੁਤ ਟਾਈਟ ਹੋ ਜਾਂਦੀ ਆ ਦਰਅਸਲ। ਕਹਿੰਦੇ ਸਾਨੂੰ ਕਹਿੰਦੇ ਨੇ ਪੰਜਾਬੀ ਟੌਰ ਰੱਖੀ ਦੀ ਨਵਾਬੀ, ਸਾਨੂੰ ਕਹਿੰਦੇ ਨੇ ਪੰਜਾਬੀ ਟੌਰ ਰੱਖੀ ਦੀ ਨਵਾਬੀ, ਅਜਮਾ ਕੇ ਵੇਖ ਲਓ ਪਿਆਰ ਜਿੱਥੇ ਅਸੀਂ ਪਾਇਆ ਸਦਾ ਤੋੜ ਨਿਭਾਇਆ, ਪਿਆਰ ਜਿੱਥੇ ਅਸੀਂ ਪਾਇਆ ਸਦਾ ਤੋੜ ਨਿਭਾਇਆ, ਇਹ ਇਤਿਹਾਸ ਦੀ ਸੱਚਾਈ ਅਜਮਾ ਕੇ ਵੇਖ ਲਓ, ਇਹ ਅਟਲ ਹੈ ਸੱਚਾਈ ਅਜਮਾ ਕੇ ਦੇਖ ਲਓ। ਲਓ ਜੀ, ਮੈਂ ਮਾਈਕ ਮਨਜੀਤ ਨੂੰ ਦੇਣ ਲੱਗੀ ਹਾਂ, ਨਹੀਂ ਜੀ ਜਗਜੀਤ ਨੂੰ ਦੇਣ ਲੱਗੀ। ਹਾਂਜੀ, ਅਸੀਂ ਇਹਦੇ ਨਾਲ ਨਾਲ ਇਹ ਵੀ ਦੱਸ ਦਈਏ, ਜਿਹੜੇ ਇਹ ਬੱਚੇ ਭੰਗੜੇ ਦੀ ਪਰਫੋਰਮੈਂਸ ਤੁਹਾਡੇ ਸਾਹਮਣੇ ਪੇਸ਼ ਕਰਨ ਲੱਗੇ ਆ, ਇਹ ਵੈਨਕੂਵਰ ਗਏ ਸੀ ਕੰਪੀਟੀਸ਼ਨ ਲਈ, ਉੱਥੋਂ ਥਰਡ ਪ੍ਰਾਈਜ਼ ਵਿਨ ਕਰਕੇ ਆਏ ਆ, ਅਤੇ ਟੋਰਾਂਟੋ ਗਏ ਸੀ ਉੱਥੋਂ ਸੈਕਿੰਡ ਪ੍ਰਾਈਜ਼, ਫਿਰ ਐਡਮਿੰਟਨ ਦੇ ਵਿੱਚ ਵੀ ਇਹਨਾਂ ਨੇ ਕੰਪੀਟੀਸ਼ਨ ਦੇ ਵਿੱਚ ਸੈਕਿੰਡ ਪ੍ਰਾਈਜ਼ ਵਿਨ ਕੀਤਾ, ਅਤੇ ਇਹ ਹੁਣ ਲਾਈਵ ਭੰਗੜਾ ਪਰਫੋਰਮੈਂਸ ਢੋਲ 'ਤੇ ਹੈਗੀ ਆ, ਅਤੇ ਨਾਲ ਇਹਨਾਂ ਦੇ ਆਪਣੇ ਇੰਡੀਆ ਤੋਂ ਇੰਟਰਨੈਸ਼ਨਲ ਲੈਵਲ 'ਤੇ ਆਏ ਹੋਏ ਢੋਲੀ ਬਿੱਟੂ ਭਾਅ ਜੀ ਇਹਨਾਂ ਦਾ ਸਾਥ ਦੇਣਗੇ ਢੋਲ 'ਤੇ। ਓ ਦੇਸ਼ ਮੇਰਾ ਖੁਸ਼ੀਆਂ ਦਾ ਖੇੜਾ, ਲੱਖ ਬਹਾਰਾ ਜਿਸਦਾ ਬਈ ਸਾਵਣ ਰੁੱਤੇ ਰਿਮ ਜਿਮ ਰਿਮ ਜਿਮ, ਓ ਸਾਵਣ ਰੁੱਤੇ ਰਿਮ ਜਿਮ ਰਿਮ ਜਿਮ ਪੈਣ ਬਹਾਰਾ ਜਿਸਦਾ, ਓ ਦੇਸ਼ ਮੇਰੇ ਦੀ ਖੋਤੀ ਅੰਦਰ ਵਗਦੇ ਪੰਜ ਦਰਿਆ ਨੇ, ਦੇਸ਼ ਮਰੇਦੀ ਗੋਦੀ ਅੰਦਰ ਵਗਦੇ ਪੰਜ ਦਰਿਆ, ਉਹ ਤੂਤਾ ਤੇ ਅੰਬੀਆਂ ਦੀਆਂ ਛਾਵਾਂ ਦਿੰਦੀਆਂ ਨਸ਼ਾ ਚੜ੍ਹਾ, ਬੇਲੀਆਂ ਦਿੰਦੀਆਂ ਨਸ਼ਾ ਚੜ੍ਹਾ ਨੇ, ਕੱਚਕੇ ਚੱਲ ਨੀ ਪਰੇਮੀਏ ਵਿਸਾਖੀ ਚੱਲੀਏ, ਕਣਕਾਂ ਦੀ ਮੁੱਕ ਗਈਏ ਰਾਖੀ ਭੱਲੀਏ, ਚੱਲ ਚੱਲ ਨੀ ਪਰੇਮੀਏ ਵਿਸਾਖੀ ਚੱਲੀਏ, ਕਣਕਾਂ ਦੀ ਮੁੱਕ ਗਈਏ ਰਾਖੀ ਭੱਲੀਏ, ਮੇਲੇ ਵਿੱਚ ਮੋਟਾ ਨਾਲ ਮੋਟਾ ਵੱਜਦਾ, ਮੇਲੇ ਵਿੱਚ ਸਾਰਾ ਹੀ ਪੰਜਾਬ ਨੱਚਦਾ, ਢੋਲ ਤੂੰ ਵਿੱਚ ਮਿੱਠਾ ਲੱਗੋ ਜਾ ਵੱਜਦਾ, ਮੇਲੇ ਵਿੱਚ ਸਾਰਾ ਹੀ ਪੰਜਾਬ ਨੱਚਦਾ, ਢੋਲ ਤੂੰ ਵਿੱਚ ਮਿੱਠਾ ਲੱਗੋ ਜਾ ਵੱਜਦਾ, ਮੇਲੇ ਵਿੱਚ ਸਾਰਾ ਹੀ ਪੰਜਾਬ ਨੱਚਦਾ। ਆਈ ਜਾ ਵਿਸਾਖੀ ਡਗਾ ਲਾਇਆ ਟੋਲੀਆਂ ਤੇ ਆਉਂਦੇ ਬੰਨ ਟੋਲੀਆਂ,
ਗੱਭਰੂ ਜਵਾਨ ਮੁੰਡੇ ਪੌਣ ਬੋਲੀਆਂ ਤੇ ਮੱਥਾ ਸਾ ਖੋਲੀਆਂ ਚੋਪੜਾਂ ਦੇ ਹੱਥਾਂ ਵਿੱਚ ਖੂੜੇ ਫੱਬਦੇ ਤੇ ਕਿੰਨੇ ਸੋਹਣੇ ਲੱਗਦੇ ਅਣਖੀ ਜਵਾਨ ਸ਼ੇਰਾਂ ਵਾਂਗੂ ਗੱਜਦੇ ਤੇ ਨਾਮ ਦਾ ਨਾ ਭੱਜਦੇ ਅਣਖੀ ਜਵਾਨ ਸ਼ੇਰਾਂ ਵਾਂਗੂ ਗੱਜਦੇ ਤੇ ਨਾਮ ਦਾ ਨਾ ਭੱਜਦੇ ਖਿੱਚ ਕੇ ਉਹ ਜੱਟ ਕੁੜੀਆਂ ਤੋਂ ਡਰਦਾ ਮਾਰਾ ਉਹ ਜੱਟ ਕੁੜੀਆਂ ਤੋਂ ਡਰਦਾ ਮਾਰਾ ਵੀ ਮੋਢੇ ਉੱਤੇ ਡਾਂਗ ਰੱਖਦਾ ਉਹ ਮੋਢੇ ਉੱਤੇ ਡਾਂਗ ਰੱਖਦਾ ਉੱਥੇ ਡਾਂਗ ਨਾ ਕਿਸੇ ਦੀ ਚੱਲਦੀ ਉੱਥੇ ਡਾਂਗ ਨਾ ਕਿਸੇ ਦੀ ਚੱਲਦੀ ਉਹ ਜਿੱਥੇ ਚੱਲ ਤੀਰ ਅੱਖਦਾ ਉਹ ਜਿੱਥੇ ਚੱਲ ਤੀਰ ਅੱਖਦਾ ਉਹ ਜਿੱਥੇ ਵੱਜਦੀ ਬਦਲ ਵਾਂਗੂ ਗੱਜਦੀ ਨੀ ਕਾਲੀ ਡਾਂਗ ਤੇਰੇ ਯਾਰ ਦੀ ਗੱਭਰੂ ਜਵਾਨ ਕਿਹੜੀ ਗੱਲੋਂ ਘੱਟ ਨੇ ਹਰ ਵੇਲੇ ਚਾੜਦੇ ਮੁੱਛਾਂ ਨੂੰ ਵੱਟ ਨੇ ਗੱਭਰੂ ਜਵਾਨ ਕਿਹੜੀ ਗੱਲੋਂ ਘੱਟ ਨੇ ਹਰ ਵੇਲੇ ਚਾੜਦੇ ਮੁੱਛਾਂ ਨੂੰ ਵੱਟ ਨੇ ਭੰਗੜੇ ਤੇ ਆ ਕੇ ਕੱਢ ਦਿੰਦੇ ਵੱਟ ਨੇ ਸ਼ਿੱਕਿਆਂ ਦੇ ਜਦੋਂ ਇਹ ਵਜਾਉਂਦੇ ਸੱਪਨੇ ਉਹ ਭੰਗੜੇ ਤੇ ਆ ਕੇ ਕੱਢ ਦਿੰਦੇ ਵੱਟ ਨੇ ਸ਼ਿੱਕਿਆਂ ਦੇ ਜਦੋਂ ਇਹ ਵਜਾਉਂਦੇ ਸੱਪਨੇ ਹੱਸ ਹੱਸ ਜਾਂਦਾ ਦੇਸ਼ ਉੱਤੋਂ ਵਾਰਦੇ ਮੇਲਿਆਂ ਦੀ ਸ਼ਾਨ ਮੁੰਡੇ ਨੇ ਪੰਜਾਬ ਦੇ ਫੱਤੋ ਦੇ ਸ਼ੁਕੀਨ ਮੁੰਡੇ ਨੇ ਪੰਜਾਬ ਦੇ ਮੇਲਿਆਂ ਦੀ ਸ਼ਾਨ ਮੁੰਡੇ ਨੇ ਪੰਜਾਬ ਦੇ ਇਸਕੇ ਗੱਲਾਂ ਹੋਣ ਵੇ ਤੇਰਿੰਜਣਾ ਚ ਤੇਰੀਆਂ ਰਾਂਝੇ ਤੇਰੀ ਬੰਜਲੀ ਦਿਓ ਛਬੀਲੇ ਗੱਭਰੂ ਮੁਖੜੇ ਦਗ ਦਗ ਕਰਦੇ ਆ ਉਹ ਛੈਲ ਛਬੀਲੇ ਗੱਭਰੂ ਮੁਖੜੇ ਦਗ ਦਗ ਕਰਦੇ ਆ ਉਹ ਕਿਧਰੇ ਲੱਗਦੇ ਖਾੜੇ ਕਿਧਰੇ ਮੇਲੇ ਲੱਗਦੇ ਆ ਦਾਰਾ ਪਨ ਪਨ ਆਉਂਦੀਆਂ ਫੌਜਾਂ ਜਿਵੇਂ ਨਵਾਬ ਦੀਆਂ ਦਾਰਾ ਪਨ ਪਨ ਆਉਂਦੀਆਂ ਫੌਜਾਂ ਜਿਵੇਂ ਨਵਾਬ ਦੀਆਂ ਉਹ ਨਹੀਂ ਰੀਸਾਂ ਮੇਰੇ ਦੇਸ਼ ਪੰਜਾਬ ਦੀਆਂ ਉਹ ਨਹੀਂ ਰੀਸਾਂ ਮੇਰੇ ਦੇਸ਼ ਪੰਜਾਬ ਦੀਆਂ ਨਹੀਂ ਰੀਸਾਂ ਮੇਰੇ ਦੇਸ਼ ਪੰਜਾਬ ਦੀਆਂ ਖਿੱਚ ਕੇ ਕਣਕਾਂ ਦੇ ਖੇੜਾਂ ਵਿੱਚ ਢੋਲ ਪਏ ਨੇ ਵੱਜਦੇ ਬੰਨੇ ਬੰਨੇ ਪੈਂਦੀਆਂ ਧਮਾਲ ਮੇਰਿਆ ਹਾਣੀਆਂ ਬੰਨੇ ਬੰਨੇ ਪੈਂਦੀਆਂ ਧਮਾਲ ਕਰਕੇ ਕਮਾਈਆਂ ਜੱਟਾਂ ਰਾਤ ਦਿਨ ਖੇਤਾਂ ਵਿੱਚ ਕਰ ਦਿੱਤਾ ਦੇਸ਼ ਮਾਲੋ ਮਾਲ ਮੇਰਿਆ ਹਾਣੀਆਂ ਕਰ ਦਿੱਤਾ ਦੇਸ਼ ਮਾਲੋ ਮਾਲ ਪਿੱਛੇ ਪਿੱਛੇ ਆਉਂਦਾ ਮੇਰੀ ਚਾਲ ਵਹਿੰਦਾ ਆਈ ਪਿੱਛੇ ਪਿੱਛੇ ਆਉਂਦਾ ਮੇਰੀ ਚਾਲ ਵਹਿੰਦਾ ਆਈ ਜੀਰੇ ਵਾਲਿਆ ਵੇਖਦਾ ਆਈ ਵੇ ਮੇਰਾ ਲੌਂਗ ਗਵਾਚਾ ਨਿਗਾਹ ਮਾਰਦਾ ਆਈ ਵੇ ਮੇਰਾ ਲੌਂਗ ਗਵਾਚਾ ਖਿੱਚ ਕੇ ਸਾਡੀ ਸ਼ਿਕਦੀ ਲੱਗੇ ਓਏ ਵੀਰ ਮੇਰੇ ਆ ਜੁਗਨੀ ਅੱਲਾ ਬਿਸਮਿਲਾ ਤੇਰੀ ਜੁਗਨੀ ਹੋ ਪੁੱਲੀ ਅੱਖੀਆਂ ਚ ਪਾਉਣਾ ਸੁਰਨਾ ਉਹ ਨਾਲ ਪੁੱਲਗੀ ਮੜਕ ਨਾਲ ਤੁਰਨਾ ਉਹ ਪੁੱਲੀ ਅੱਖੀਆਂ ਚ ਪਾਉਣਾ ਸੁਰਨਾ ਉਹ ਨਾਲ ਪੁੱਲਗੀ ਮੜਕ ਨਾਲ ਤੁਰਨਾ ਜਵਾਨੀ ਹਲੇ ਜੇਰਾ ਸੱਪ ਜਾਵੇ ਨਾ ਪਛਾੜੀ ਤੋਰੀ ਕਲਹਿਰੀ ਬੋਰਾ ਦੀ ਖਿੱਚ ਕੇ ਹਾਂ ਮੇਰੇ ਪੈਰ ਦੀ ਝਾਂਜਰ ਪੁਕਾਰੇ ਰਾਂਝਣ ਹਾਂ ਮੇਰੇ ਪੈਰ ਦੀ ਝਾਂਜਰ ਪੁਕਾਰੇ ਰਾਂਝਣ ਹਾਏ ਵੇ ਨੂੰ ਨੱਚ ਲੈਣ ਦੇ ਸੋਹਣੀਏ ਅਜੇ ਨਾ ਜਾ ਹੋ
ਮੁੰਡਿਆਂ ਨੂੰ ਨੱਚ ਲੈਣ ਦੇ ਸੋਹਣੀਏ ਅਜੇ ਨਜਾ ਹੋ ਅੱਗ ਵਾਂਗ ਨੱਚ ਲੈਣ ਦੇ ਸੋਹਣੀਏ ਅਜੇ ਨਜਾ ਖਿੱਚ ਕੇ ਇੱਕ ਜੋਗੀ ਦਿਲੋਂ ਆ ਗਿਆ ਨੀ ਪਾਪੀ ਹੋ ਮਿੱਟੀ ਮਿੱਟੀ ਬੀਨ ਵਜਾ ਗਿਆ ਨੀ ਪਾਪੀ ਹੱਥ ਵਿੱਚ ਚਿਮਟਾ ਕੰਨਾਂ ਵਿੱਚ ਮੁੰਦਰਾਂ ਨੀ ਹੱਥ ਵਿੱਚ ਚਿਮਟਾ ਕੰਨਾਂ ਵਿੱਚ ਮੁੰਦਰਾਂ ਨੀ ਮਿੱਟੀ ਮਿੱਟੀ ਅਲਖ ਜਗਾ ਗਿਆ ਨੀ ਪਾਪੀ ਜੋਗੀ ਦਿਲੋਂ ਆ ਗਿਆ ਨੀ ਪਾਪੀ ਮਿੱਟੀ ਮਿੱਟੀ ਬੀਨ ਵਜਾ ਗਿਆ ਨੀ ਪਾਪੀ ਖਿੱਚ ਕੇ ਕੱਲ ਚੱਲੀਏ ਸ਼ਹਿਰ ਪਟਿਆਲੇ ਜਿੱਥੇ ਵੇਖਦੇ ਰੇਸ਼ਮੀ ਨਾਲੇ ਕਹਿੰਦੇ ਉੱਥੇ ਕਤਲ ਹੋ ਜਾਂਦੇ ਵਿੱਚ ਬਜ਼ਾਰਾ ਜਦ ਪੰਗੜਾ ਪਾਉਂਦੇ ਗੱਭਰੂ ਜੁੱਤਾ ਪਿਆਰਾ ਖਿੱਚ ਕੇ ਅੰਬਰਾਂ ਦੇ ਤਾਰੇ ਜਿਵੇਂ ਰਹਿਣ ਜਗਦੇ ਖੁਸ਼ੀਆਂ ਤੇ ਮੇਲੇ ਸਦਾ ਰਹਿਣ ਲੱਗਦੇ ਚੋਪਰਾਂ ਨੇ ਭੱਪ ਮਾਰ ਤੂੜਾਂ ਪੱਟੀਆਂ ਦੇਖ ਦੇਖ ਤਾਂ ਗਿਰ ਗਈਆਂ ਨੇ ਜੱਟੀਆਂ ਉੱਠ ਗਈਆਂ ਤੂੜ ਜਦੋਂ ਭੱਪ ਮਾਰਦੇ ਉਹ ਮੇਲਿਆਂ ਚ ਮੇਲੇ ਰੰਗਲੇ ਪੰਜਾਬ ਦੇ ਉਹ ਮੇਲਿਆਂ ਚ ਮੇਲੇ ਰੰਗਲੇ ਪੰਜਾਬ ਦੇ ਮੇਲਿਆਂ ਚ ਮੇਲੇ ਰੰਗਲੇ ਪੰਜਾਬ ਬੱਚਿਆਂ ਨੇ ਧਰਤੀ ਹਿਲਾਈ ਪਈ ਆ ਸਭ ਤੋਂ ਵੱਧ ਮੈਂ ਧੰਨਵਾਦ ਕਰਦੀ ਹਾਂ ਸਾਡੇ ਢੋਲੀ ਵੀਰ ਦਾ ਬਿੱਟੂ ਵੀਰੇ ਇਹਨਾਂ ਨੇ ਜੀ ਲਾਈਵ ਮਨਜੀਤ ਨੇ ਬੋਲੀਆਂ ਪਾਈਆਂ ਅਤੇ ਲਾਈਵ ਢੋਲ 'ਤੇ ਕਿਉਂਕਿ ਕਹਿ ਦਿੰਦੇ ਸੀ ਵੀ ਇੱਥੇ ਆਪਣੇ ਸਾਰੇ ਮਿਊਜ਼ਿਕ 'ਤੇ ਹੀ ਪਾਉਂਦੇ ਹਾਂ ਆਪਾਂ ਸੀ ਡੀ ਲਾ ਦਿੰਦੇ ਹਾਂ ਪਰ ਇਹਨਾਂ ਨੇ ਨਵਾਂ ਟ੍ਰੈਂਡ ਸ਼ੁਰੂ ਕੀਤਾ ਇੱਥੇ ਵੀ ਇਹਨਾਂ ਨੇ ਲਾਈਵ ਮਿਊਜ਼ਿਕ ਦਿੱਤਾ ਆ ਬਹੁਤ ਬਹੁਤ ਧੰਨਵਾਦ ਢੋਲੀ ਵੀਰੇ ਤੁਹਾਡਾ ਅਤੇ ਮਨਜੀਤ ਆ ਮਨਜੀਤ ਨੇ ਲਾਈਵ ਬੋਲੀਆਂ ਪਾਈਆਂ ਬੱਚਿਆਂ ਦਾ ਪ੍ਰਾਈਜ਼ ਕੱਢਿਆ ਜਾ ਰਿਹਾ ਜੀ ਇਹਨਾਂ ਵਿੱਚੋਂ ਇੱਕ ਜਣੇ ਨੂੰ ਸੈੱਟ ਮਿਲਣਾ ਗਲਾਸਾਂ ਦਾ ਜੀ ਇਹ ਤੋਂ ਮਗਰੋਂ ਮਨਜੀਤ ਦੀ ਆਈਟਮ ਵੀ ਹੁੰਦੀ ਆ ਉਹਨਾਂ ਦੇ ਕੁੜੀਆਂ ਦਾ ਭੰਗੜਾ ਆਉਣਾ ਆ ਜੀ ਬੇਟੀਆਂ ਦਾ ਜਿੰਦੂਆ ਅਤੇ ਉਹ ਤੋਂ ਸ਼ਾਇਦ ਪਹਿਲਾਂ ਜੇ ਆਪਣੇ ਕੋਲ ਲੇਡੀਜ਼ ਇਕੱਠੀਆਂ ਹੋ ਜਾਂਦੀਆਂ ਆਪਾਂ ਸੁਆਣੀ ਦਾ ਕੰਪੀਟੀਸ਼ਨ ਕਰਵਾਉਣਾ ਜੀ ਸੁਆਣੀ ਦਾ ਜਿਹੜੀ 21 ਸਾਲ ਤੋਂ ਉੱਪਰ ਨੇ ਜੀ ਕੋਈ ਵੀ ਤੁਸੀਂ ਤਿਆਰ ਹੋ ਕੇ ਆਏ ਹੋ ਪੰਜਾਬੀ ਪਹਿਰਾਵੇ ਦੇ ਵਿੱਚ ਆਏ ਹੋ ਤੁਸੀਂ ਪਲੀਜ਼ ਸਟੇਜ ਦੇ ਸੱਜੇ ਪਾਸੇ ਆ ਜਾਓ ਸੁਆਣੀ ਦਾ ਕੰਪੀਟੀਸ਼ਨ ਹੋਣਾ ਜਿਵੇਂ ਪਹਿਲਾਂ ਮਿਸ ਪੰਜਾਬਣ ਦਾ ਹੋ ਕੇ ਹਟਿਆ ਲਓ ਜੀ ਬੱਚਿਆਂ ਨੇ ਨਾਮ ਕੱਢਿਆ ਬੱਚੇ ਕਿਹਦਾ ਨਾਂ ਨਿਕਲਿਆ ਯੁਵਰਾਜ ਬਾਸੀ ਯੁਵਰਾਜ ਬਾਸੀ ਨੂੰ ਸਕਾਂਜਵੀ ਦਾ ਸੈੱਟ ਨਿਕਲਿਆ ਜੀ ਗਰਾਸਾਂ ਦਾ ਲਓ ਬੱਚੇ ਸੁਖਪਾਲ ਸੁਖਪਾਲ ਜੀ ਆ ਜਾਓ ਜੀ ਹਰਪ੍ਰੀਤ ਆ ਜਾਓ ਵਾਸਤੇ ਵੀ ਪਲੀਜ਼ ਇੱਧਰ ਸਾਰੇ ਜਾਣੇ ਰੈਡੀ ਰਹੋ ਅਤੇ ਅਸੀਂ ਜਿਹੜੇ ਸਾਡੇ ਪ੍ਰੋਗਰਾਮ ਨੂੰ ਕਵਰ ਕਰ ਰਹੇ ਨੇ ਖੈਰਾ ਅੰਕਲ ਜੀ ਰਘਵੀਰ ਬਿਲਾਸਪੁਰੀ ਅਤੇ ਗੋਲਡਨ ਮੈਮਰੀ ਵਿੱਚੋਂ ਵੀਰ ਜੀ ਗੁਰਪ੍ਰੀਤ ਗੁਰਪ੍ਰੀਤ ਜੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਦਰਅਸਲ ਜੀ ਆਈ ਨੋ ਪਿਕਚਰਾਂ ਦਾ ਔਖਾ ਲੱਗਦਾ ਆ ਪਰ ਬਾਅਦ ਵਿੱਚ ਚੰਗੀਆਂ ਲੱਗਦੀਆਂ ਇਹ ਜਦੋਂ ਆਪਾਂ ਬਾਅਦ ਦੇ ਵਿੱਚ ਦੇਖਦੇ ਹਾਂ ਸੁਖਪਾਲ ਜੀ ਰੈਡੀ ਹੋ
हाँ जी अपन डोर प्राइज कटे जा रहे हैं जी ढिलों लाइटिंग वालों के वालियों लैंप कहते थोड़े घर के जिमें कहते सजावट में चार चंद ला देंगे ने टेबल लैंप ने जी नाइट टेबल सैवन सैवन फाइव सत्त सौ पचहत्तर सत्त सौ पचहत्तर आपो जो टैक्टा देखो जी प्लीज़ हाथ खड़ा कर दो ताकि सानू पता लग सके नेड़ी निकल आया जी आज सत्त सौ पचहत्तर एक होर प्राइज कटना के जी एक कटना है एक प्राइज कटना कि एक होर कटना जी अच्छा जी वह कहते एक प्राइज कट के फिर परफॉर्मेंस दरअसल बच्चे ना जी तैयार होए हुए ने उन्होंने भी मेला देखना आ उन्होंने आप वेले करना आ सुहाने वाली बीबियां इस पास कट्ठिया हो जाए हाँ जी भैन जी हिम्मत करनी सी अकेले नाल लैके आना पैना सी अपन टेबल लैंप निकले जी दोने ओए होए भैन जी कहते ओए होए ओके भैन जी लो जी तुसी दो शब्द साडियां बीबियां दे ना करो किकरां भी लंघ गईयां बेरियां भी लंघ आई किकरां भी लंघ आई बेरियां भी लंघ लंघन वाले तू ते सजवानी ने नहीं जवानी सू ते सजवान तू ताने ले जवानी दरअसल की करिए कनेडा सच्ची गल है कनेडा तो मर के खराब थी पई है इंडिया वाली है ना मैं हाँ जी ढिलों लाइटिंग वाले वाली हूँ जी टेबल लैंप दिते जा रहे हैं नाइट टेबल क्या बात है जी भैन जी इधर होवो जी पिक्चर कर लो जी एक वरिंदर आ जाओ वीरे कहते तान छतरी भी जी लंडनों मंगाई है भैन जी ने मेरे ते चाण के रखती थैंक यू जी बहुत बहुत धन्यवाद हम जी निके बच्चे की आइटम तैयार है जी तैयार है जी आ जाओ भैन जी तुम इन्ने सोहने तैयार होके बैठे हुए हैं मेरे मूहरे कुड़िया ने हले बड़िया ने गिद्धा पाना आ छोटिया ने पाना आ वो तो बाद अपना ओपन डांस होना आ सारे वैसे वो वेट कर लग जाते हैं पर जड़िया अपने को आइटम आई हैं जी आप आइटम भी पूरी कर मैं मनजीत को बेनती करती हूँ मनजीत भी आ जाओ प्लीज एक उतु अगला ग्रुप है जी भंगड़ा जट्टियां का डायरेक्टेड बाय नवनीत एंड ग्रुप वो भी ग्रुप अपना साइड पर आ जाओ जी सज्जे पासे स्टेज पर नवनीत एंड ग्रुप का कोई भंगड़ा है जी पंजाबी नहीं भंगड़ा जट्टियां का जी उन्होंने ग्रुप का नाम लिखाया हुआ सज्जे पासे आवो जी स्टेज पर